ਸਾਡੀ ਮਾਂ ਦੀ ਆਤਮਾ ਤੇ ਪਿਓ ਦੀ ਆਤਮਾ ਤੜਪ ਰਹੀ ਹੈ ਤੇ ਉਹ ਕਹਿ ਰਹੇ ਸਾਨੂੰ ਇਨਸਾਫ ਨਹੀਂ ਮਿਲਿਆ। ਹਰ ਵਿਅਕਤੀ ਦਾ ਹੱਕ ਹੈ ਕਿ ਮੈਂ ਬਿਆਨ ਕਰਦਾ ਕਿ ਫਲਾਣੇ ਬੰਦੇ ਨੂੰ ਨਾਮਜ਼ਦ ਕੀਤਾ ਜਾਵੇ, ਫਿਰ ਰੌਲਾ ਕੀ ਰਹਿ ਗਿਆ ਤੇ ਨਾਮਜ਼ਦ ਕਰ ਦਿਓ ਤੇ ਉਹਨਾਂ ਦੀ ਆਤਮਾ ਨੂੰ ਠੰਡ ਪਾ ਦਿਓ। ਜਵਾਨ ਪੁੱਤ ਮਰਿਆ ਸਾਹਿਬ ਜੀ, ਕਾਂਗਰਸ ਤੇ ਕਾਲੀਆਂ ਨੇ 80 ਤੋਂ ਬਾਅਦ ਹਜ਼ਾਰਾਂ ਲੋਕਾਂ ਦੀਆਂ ਲਾਸ਼ਾਂ ਤੇ ਸਿਆਸਤ ਕੀਤੀ ਹੈ। ਸਿੱਧੂ ਮੂਸੇਵਾਲਾ ਜੀ ਕੋਲ ਸਾਡਾ ਛੋਟਾ ਭਰਾ ਸੀ ਸਰ, ਅਸੀਂ ਵੀ ਉਹਦੇ ਫੈਨ ਆ, ਅਸੀਂ ਵੀ ਉਹਦੇ ਗਾਣੇ ਦੇ ਫੈਨ ਆ। ਪਰ ਸਵਾਲ ਇਹ ਹੈ ਕਿ ਜਿਹੜੇ ਦੋ ਗਨਮੈਨ ਉਹਨਾਂ ਕੋਲ ਸੀਗੇ ਉਹ ਕਿਹੜਾ ਲੈ ਕੇ ਗਏ? ਉਹਨਾਂ ਕੋਲ ਬੁਲੇਟ ਪਰੂਫ ਗੱਡੀ ਸੀਗੀ, ਉਹ ਕਿਹੜਾ ਲੈ ਕੇ ਗਏ? ਸਿੱਧੂ ਮੂਸੇਵਾਲੇ ਦੇ ਪੇਰੈਂਟਸ ਦਾ ਜਿਹੜਾ ਦਰਦ ਹੈ ਉਹ ਇਕੱਲੇ ਉਹਨਾਂ ਦਾ ਦਰਦ ਨਹੀਂ ਹੈਗਾ। ਸਿੱਧੂ ਮੂਸੇਵਾਲੇ ਦਾ ਦਰਦ ਜਿਹੜਾ ਉਹ ਸਾਰੇ ਪੰਜਾਬ ਨੂੰ, ਸਾਰੀ ਦੁਨੀਆ ਨੂੰ, ਅਤੇ ਅਸੀਂ ਇਹਦੇ ਉੱਪਰ ਜ਼ਿੰਮੇਵਾਰੀ ਦੇ ਨਾਲ ਕੰਮ ਹੈ ਜਿਹੜਾ ਉਹ ਕਰ ਰਹੇ ਹਾਂ। ਸਰ, ਹੁਣ ਜੇ ਇਸ ਪਰਟੀਕੁਲਰ ਕੇਸ ਦੀ ਆਪਾਂ ਗੱਲ ਕਰ ਲਈਏ, ਸਰ ਜਦੋਂ ਇਹ ਭਾਣਾ ਵਾਪਰਿਆ ਸਰ ਉਦੋਂ 40, ਉਸ ਤੋਂ ਬਾਅਦ 40 ਬੰਦੇ ਨੇ ਜਿਹੜੇ ਉਹ ਇਸ ਕੇਸ ਦੇ ਵਿੱਚ ਨੋਮੀਨੇਟ ਹੋਏ ਸਰ। ਜਿ ਸੁਣੋ ਤੁਸੀਂ ਨਾ ਜੀ, ਪੂਰੇ 40 ਬੰਦੇ ਨੋਮੀਨੇਟ, 40 ਬੰਦੇ ਨੋਮੀਨੇਟ ਹੋਏ। ਤੁਸੀਂ ਚੇਅਰ ਨੂੰ ਐਡਰੈਸ ਕਰੋ ਜੀ। 29 ਅਰੈਸਟ। ਇੱਕ ਮਿੰਟ ਜੀ ਸਰ, ਮੇਰੇ ਕੁਝ ਮਾਣਯੋਗ ਸਾਥੀ ਰਨਿੰਗ ਕਮੈਂਟਰੀ ਕਰਦੇ ਆ, ਇਹ ਹਾਊਸ ਦੀ ਅਵੇਲਨਾ ਹੈ, ਆਪਾਂ ਨੂੰ ਇਹ ਆਪਣੇ ਹੱਥ 'ਚ ਹੀ ਹੈ ਕਿ ਆਪਾਂ ਇਸ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ। ਔਰ ਹੁਣ ਤਾਂ ਲਾਈਵ ਜਾਂਦਾ, ਅਤੇ ਜੇ ਇਕੱਲੇ ਇਕੱਲੇ ਦੀ ਫੋਟੋ ਮੰਗਦੇ ਆ ਤਾਂ ਫਿਰ ਉਹ ਸਾਰਾ ਕੁਝ ਆਊਗਾ। ਹਾਂਜੀ, ਫਿਰ ਉਹ ਸਾਰਾ ਕੁਝ ਆਊਗਾ। ਹਾਂਜੀ, ਅੱਗੇ ਚੱਲੋ ਜੀ ਸਰ। ਕੋਈ ਉਹ ਤੁਹਾਡਾ ਫਿਰ ਜਾ ਰਹੇ ਹੋ ਜਾਣਾ ਕੰਮ ਇਧਰਲੇ ਪਾਸੇ, ਮੈਂ ਕਰ ਲੈਂਦੀ ਪੁੱਛ ਲੈਂਦੀ ਜੀ। ਹਾਂ, ਕੰਟੀਨਿਊ ਕਰੋ ਜੀ। ਸਰ, ਇਸ ਤਰ੍ਹਾਂ ਕਿ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਟੋਟਲ 40 ਬੰਦੇ ਹੁਣ ਤੱਕ ਨੋਮੀਨੇਟ ਹੋਏ ਨੇ, ਉਹਦੇ ਵਿੱਚੋਂ 29 ਨੇ ਜਿਹੜੇ ਉਹ ਆਲਰੇਡੀ ਅਰੈਸਟ ਹੋ ਚੁੱਕੇ ਨੇ, 2 ਨੂੰ ਐਨਕਾਊਂਟਰ ਦੇ ਵਿੱਚ ਪੰਜਾਬ ਪੁਲਿਸ ਐਲੀਮੀਨੇਟ ਕਰ ਚੁੱਕੀ ਹੈ। ਸਰ, ਜਿਹੜੇ 9 ਵੱਜਦੇ ਨੇ ਉਹਨਾਂ ਦੇ ਵਿੱਚੋਂ 6 ਨੇ ਜਿਹੜੇ ਉਹ ਬਾਹਰ ਨੇ, ਦਾ ਨਾਮ ਹੈ ਜਿਹੜਾ ਚਲਾਨ ਦੇ ਵਿੱਚ ਆ ਚੁੱਕਿਆ। ਜਿਹੜੇ ਬਾਕੀ 3 ਵੱਜਦੇ ਨੇ ਉਹਨਾਂ ਦਾ ਰੋਲ ਹੈ ਜਿਹੜਾ ਉਹ ਅੰਡਰ ਇਨਵੈਸਟੀਗੇਸ਼ਨ ਹੈ। ਆਲਰੇਡੀ 2 ਜਿਹੜੇ ਉਹਦੇ ਚਲਾਨ ਨੇ ਉਹ ਪੇਸ਼ ਹੋ ਚੁੱਕੇ ਨੇ, ਔਰ ਸਰ 2 ਚਾਰਜਸ਼ੀਟਸ ਨੇ ਜਿਹੜੀਆਂ ਉਹ ਪ੍ਰਜੈਂਟ ਹੋ ਚੁੱਕੀਆਂ ਨੇ। ਸਰ, ਗੋਲਡੀ ਬਰਾੜ ਜਿਹੜਾ ਕਿ ਕੈਨੇਡਾ ਦੇ ਵਿੱਚ ਬੈਠ ਕੇ ਜਿਹਨੇ ਜ਼ਿੰਮੇਵਾਰੀ ਲਈ ਸੀਗੀ, ਉਹਦਾ ਐਕਸਟ੍ਰੈਡੀਸ਼ਨ ਪ੍ਰੋਸੈਸ ਹੈ ਜਿਹੜਾ ਉਹ ਸਟੇਟ ਗਵਰਨਮੈਂਟ ਡਾਇਰੈਕਟ ਨਹੀਂ ਕਰ ਸਕਦੀ ਹੈਗੀ, ਉਹ ਸੈਂਟਰਲ ਗਵਰਨਮੈਂਟ ਦੇ ਥਰੂ ਆਉਂਦਾ, ਉਹ ਪ੍ਰੋਸੈਸ ਚੱਲ ਰਿਹਾ। ਸਚਿਨ ਬਿਸ਼ਨੋਈ ਨਾਮ ਦਾ ਇੱਕ ਹੋਰ ਕਲਪਰੇਟ ਹੈ, ਅਕਿਊਜ਼ਡ ਹੈ ਇਸ ਵਿੱਚ, ਉਹ ਅਜ਼ਰਬੈਜਾਨ ਦੇ ਵਿੱਚ ਆਲਰੇਡੀ ਡਿਟੇਨ ਹੈ ਜਿਹੜਾ ਉਹ ਹੋ ਚੁੱਕਿਆ ਹੈ। ਸਰ, ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਵੱਧ ਨੋ ਡਾਊਟ, ਮੈਂ ਫਿਰ ਦੁਬਾਰਾ ਰਿਪੀਟ ਕਰਦਾ ਕਿ ਉਹੋ ਜਿਹਾ ਅਸਹਿ ਅਤੇ ਅਖਹਿ ਦੁੱਖ ਹੈ ਜਿਹੜਾ ਉਹ ਕਿਸੇ ਮਾਪੇ ਨੂੰ, ਕਿਸੇ ਪਰਿਵਾਰ ਨੂੰ ਪਰਮਾਤਮਾ ਨਾ ਦੇਵੇ। ਪਰ ਐਜ਼ ਏ ਸਟੇਟ ਗਵਰਨਮੈਂਟ ਸਰ, ਇਹਦੇ ਤੋਂ ਵੱਧ ਹੋਰ ਸਰਕਾਰ ਕੀ ਕਰ ਸਕਦੀ ਹੈ? ਸਰ, 2 ਮਹੀਨਿਆਂ ਦੇ ਵਿੱਚ ਹੀ ਜਿਹੜੇ ਗੈਂਗਸ ਨੇ ਜਾਂ ਗੈਂਗ ਵਾਰ ਨੇ, 16 ਮਾਰਚ ਨੂੰ ਸਾਡੀ ਸਰਕਾਰ ਬਣੀ, 29 ਮਈ ਨੂੰ ਇਹ ਭਾਣਾ ਵਾਪਰ ਗਿਆ। ਸਰ, 2 ਮਹੀਨਿਆਂ ਦੇ ਵਿੱਚ ਹੀ ਤਾਂ ਪੰਜਾਬ ਦੇ ਵਿੱਚ ਗੈਂਗਸਟਰ ਅਤੇ ਗੈਂਗ ਵਾਰਾਂ ਨਹੀਂ ਨਾ ਸ਼ੁਰੂ ਹੋ ਗਈਆਂ? ਸਰ, ਇਹ ਪਿਛਲੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀਗਾ, ਜਿਹਦੇ ਅਸੀਂ ਕੰਡੇ ਚੁਗਣ ਲੱਗੇ ਹਾਂ। ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿੰਨੇ ਇੰਪੋਰਟੈਂਟ ਜਿਹੜੇ ਸੈਂਸੇਸ਼ਨਲ ਮਰਡਰਸ ਹੋਏ, ਚਾਹੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਚਾਹੇ ਸੰਦੀਪ ਨੰਗਲ ਅੰਬੀਆ ਦੀ ਗੱਲ ਕਰ ਲਈਏ, ਚਾਹੇ ਪ੍ਰਦੀਪ ਪ੍ਰੇਮੀ ਦੀ ਗੱਲ ਕਰ ਲਈਏ, ਸਰ ਇਹਦੇ ਵਿੱਚ ਜਿਹੜੇ ਸ਼ੂਟਰ ਸੀਗੇ ਸਰ, ਉਹ ਕਿੱਥੋਂ ਆਏ? ਸੋਚਣ ਵਾਲੀ ਗੱਲ ਸਰ ਇਹ ਹੈ, ਸਰ ਉਹ ਨਾਲ ਦੀਆਂ ਇੱਕ ਮਿੰਟ ਰੰਧਾਵਾ ਸਰ ਲੈਟ ਮੀ ਕੰਪਲੀਟ ਸਰ, ਉਹਦੇ ਵਿੱਚ ਇਹ ਜਿਹੜੇ ਜਿੰਨੇ ਸ਼ੂਟਰ ਸੀਗੇ ਸਰ, ਇਹਨਾਂ 'ਚੋਂ ਬਹੁਤੇ ਸੀ ਜਿਹੜੇ ਜੁਵੇਨਾਈਲ ਸੀਗੇ, 18 ਸਾਲ ਤੋਂ ਘੱਟ ਉਮਰ ਦੀ ਸੀਗੀ, ਅਤੇ ਨੇਬਰਿੰਗ ਸਟੇਟਸ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਆਏ। ਸਰ, ਨਾਲ ਦੇ ਸਾਡੇ ਗੁਆਂਢੀ ਸੂਬੇ ਨੇ ਜਿਹੜੇ, ਉਹ ਗੈਂਗਸਟਰਸ ਦੇ ਬਰੀਡਿੰਗ ਗਰਾਊਂਡ ਬਣੇ ਪਏ ਨੇ, ਉਹ ਉੱਥੋਂ ਆਉਂਦੇ ਨੇ, ਇੱਥੇ ਵਾਰਦਾਤ ਕਰਕੇ ਨਿਕਲ ਜਾਂਦੇ ਨੇ। ਸਰ, ਫਿਰ ਵੀ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਬੜੀ ਦਲੇਰੀ ਦੇ ਨਾਲ ਇਹਦੇ ਉੱਪਰ ਕੰਮ ਕੀਤਾ। ਸੋ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਿਛਲੇ ਸਮਿਆਂ ਦੇ ਵਿੱਚ ਜੋ ਹੈ ਅਸੀਂ ਉਹਨੂੰ ਕੰਟਰੋਲ ਕਰਨ ਲੱਗੇ ਹੋਏ ਹਾਂ। ਔਰ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਗੈਂਗਸਟਰਸ ਫੜੇ ਗਏ, ਕਿੰਨੇ ਐਲੀਮੀਨੇਟ ਹੋ ਗਏ,
किन्ने किन्ने दे चलान पेश हो गए, किन्ने ड्रग्स असीं फड़ ले। सर ये जो कैंसर फैल जाता है ना जी, वह हौली हौली फैलने च समा लगता है, खत्म होने च समा लगता है। यह गल्लां बार बार करके एक मिनट रंधावा साहब ऐसा गल्लां देखो बार बार करके ना जी, आप स्टेट दे विच माहौल खराब करते हैं, इनवैसटमेंट का माहौल खराब करते, एक डर का माहौल पैदा करते हैं। कृपा करके जिम्मेवार ऑपोजिशन होने के नाते यह जहाँ कम ना करो, मेरी तो यही बेनती। थैंक यू बाजवा जी। बाजवा साहब खड़े जी, वेखो असी एक मिनट जी गल बैठ दो राजा जी। बाजवा बेसिक गल हुई सिक्योरिटी लैप्स की, लीक की, तुसीं की कीता की नहीं कीता, वी आर नॉट क्वेश्चनिंग दैट। बेसिक गल यह है कि सीएमओ च मीडिया एडवाइजर टू द सीएमओ साहब बलतेज सिंह पन्नू का ट्वीट है 28/5/22 का, जिदे विचों कहिंदे सुखदेव ढींसा कुलजीत सिंह नागरा कबा चुके हैं। नहीं जवाब नहीं दिता। गल वह हो रही है कि उहदी लीकेज तो बाद जो ये फेसबुक से सीएम दे चढ़िया, उस तो बाद गोल्डी बराड की इनवेस्टिगेशन च आया, उहदे गल कही असी अपने शूटर्स ने गल कही नाउ इज द टाइम टू स्ट्राइक उदो मारिया गया जी। थैंक यू राजा जी, थैंक यू बाजवा जी। रंधावा साहब राजा जी दिता सी टाइम, ठीक रंधावा जी हुण बोल रहे आ गई जी, गल तुहाडी गल आ गई बाजवा साहब, आ गई तुहाडी गल रंधावा साहब, ठीक है जी बाजवा जी। स्पीकर साहब अमन जी एक मिनट अगे मंत्री जी कठिया दोवां दा कठा ही जवाब दे दियो, मंत्री जी अगे चलन दियो एक मिनट हुण मैनूं ठीक है जी तुहाडी गल दा जवाब दे। मंत्री जी बैठो हुण रंधावा साहब, हुण मंत्री जी खड़े हो गए। मंत्री जी स्पीकर साहब इस तरह कि बाजवा साहब ने गल कीती है कि ओह सोशल मीडिया च अनाउंसर इस तरह हुंदा है कि जो सिक्योरिटी मिले या सिक्योरिटी विड्रॉ हो पब्लिक डोमेन दे विच ता आ ही जाना होंदा, इस कोई लंबा चौड़ा रॉकेट साइंस नहीं है। एक सेकंड और दूजी गल बाजवा साहब मैनू तो बोल लैन दो जी, बाजवा साहब बोल तो लैन दो जी, सर एक मिनट बोल तो लैन दो मंत्री जी, सर एक मिनट बोल तो लैन दो मंत्री जी, सर लेट मी स्पीक जी। स्पीकर साहब नंबर एक सर स्पीकर साहब इस तरह एक मिनट बाजवा जी, सिद्धू मूसेवाला जी कोल साडा छोटा भरा सी, सारे असीं वी उहदे फैन आ, असीं वी उहदे गाणे दे फैन आ, पर सवाल यह है कि जिहड़े दो गनमैन उहनां कोल सीगे ਉਹ ਕਿਹੜਾ ਲੈ ਕੇ ਗਏ, ਉਹਨਾਂ ਕੋਲ ਬੁਲਟ ਪਰੂਫ ਗੱਡੀ ਸੀਗੀ ਉਹ ਕਿਹੜਾ ਲੈ ਕੇ ਗਏ। ਸੋ ਮੇਰੇ ਕਹਿਣ ਦਾ ਮਤਲਬ ਹੈ ਬਿਨਾਂ ਗੱਲ ਦਾ ਤੁਸੀਂ ਸੁਣੋ ਮੇਰੀ ਗੱਲ, ਜੋ ਦੋ ਗਨਮੈਨ ਉਹਨਾਂ ਕੋਲ ਉਸ ਦਿਨ ਵੀ ਸੀਗੇ, ਲਿਸਨ ਯੂ ਆਸਕ ਹਿਸ ਪੇਰੈਂਟਸ ਓਨਲੀ, ਦੋ ਗਨਮੈਨ ਉਹਨਾਂ ਕੋਲ ਉਸ ਦਿਨ ਵੀ ਸੀਗੇ, ਉਹਨਾਂ ਕੋਲ ਉਸ ਦਿਨ ਬੁਲਟ ਪਰੂਫ ਗੱਡੀ ਵੀ ਸੀਗੀ ਉਹ ਤਾਂ ਲੈ ਕੇ ਨਹੀਂ ਗਏ। ਸਰ ਮੇਰੇ ਗੱਲ ਦਾ ਮਤਲਬ ਇਹ ਹੈ ਕਿ ਬਿਨਾਂ ਗੱਲ ਤੋਂ फैसला करना ਸਰ ਮੇਰੀ ਬੇਨਤੀ ਮੰਤਰੀ ਜੀ ਸਰ ਜੀ ਇੱਕ ਮਿੰਟ ਗੱਲ ਦੱਸੋ ਧਾਲੀਵਾਲ ਸਾਹਿਬ ਮੈਂ ਆਪਾਂ ਗੱਲ ਸੁਣੋ ਤੁਸੀਂ
ਤੁਹਾਨੂੰ ਮੌਕਾ ਮਿਲੂਗਾ। ਬੈਠੋ ਤੁਸੀਂ, ਗੱਤ ਬੋਲ ਬਾਹ ਬਾਹ ਗੱਤ ਬੋਲ, ਬੈਠੋ ਬੈਠੋ ਤਾਲੀਆਂ ਸਾਹਿਬ ਬੈਠੋ। ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠਾ ਜੀ, ਬੈਠੋ ਬੈਠੋ ਰਾਜਾ ਜੀ। ਹਾਂ ਰਾਜਾ ਜੀ ਬੋਲੋ, ਬੋਲੋ ਜੀ ਬੋਲੋ। ਸਪੀਕਰ ਸਾਹਿਬ ਬੈਠੋ ਜੀ, ਤੁਸੀਂ ਬੈਠੋ ਬੈਠੋ ਤੁਸੀਂ ਬੈਠੋ, ਤਾਲੀਆਂ ਸਾਹਿਬ ਬੈਠੋ, ਤਾਲੀਆਂ ਸਾਹਿਬ ਨਹੀਂ ਦੇਈਦਾ ਮਹਾਰਾਜ, ਕਿਰਪਾ ਕਰਕੇ ਬੈਠੋ ਜੀ ਰਾਜਾ ਜੀ। ਸਪੀਕਰ ਸਾਹਿਬ ਜਿਹੜੀ ਮੈਂ ਗੱਲ ਕਰ ਰਿਹਾ ਲਾਅ ਐਂਡ ਆਰਡਰ ਦੀ, ਹਰ ਵਿਅਕਤੀ ਇਹ ਗੱਲ ਕਹਿੰਦਾ ਹੈ। ਕੱਲ ਹੋਲਾ ਮਹੱਲਾ ਸੀਗਾ ਜੀ, ਇੱਕ ਵਿਅਕਤੀ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਉਸ ਬੰਦੇ ਨੂੰ ਕਿਸ ਨਿਰਦਈ ਤਰੀਕੇ ਦੇ ਨਾਲ ਮਾਰਿਆ ਗਿਆ, ਤੇ ਮੈਂ ਉਹਦੀ ਮਾਂ ਦੀ ਵੀਡੀਓ ਸੁਣ ਰਿਹਾ ਸੀ ਜੀ। ਸਿੱਧੂ ਮੂਸੇਵਾਲਾ ਤਾਂ ਇੱਕ ਸਾਲ ਹੋ ਗਿਆ ਸਰ, 19 ਤਰੀਕ ਨੂੰ ਬਰਸੀ ਹੈ ਉਹ ਸਾਡੇ ਭਰਾ ਦੀ। ਕੱਲ ਜਿਹੜਾ ਹੋਲਾ ਮਹੱਲਾ ਵਿਖੇ ਹੋਇਆ, ਹੁਣ ਤਾਂ 2 ਮਹੀਨੇ ਨਹੀਂ ਹੋਏ, ਹੁਣ ਸਾਲ ਹੋ ਗਿਆ ਜਨਾਬ। ਔਰ ਮੈਂ ਇਸ ਗੱਲ ਦਾ ਦੋਸ਼ ਨਹੀਂ ਲਾ ਰਿਹਾ ਕਿਸੇ ਤੇ ਵੀ ਸਿੱਧੂ ਮੂਸੇਵਾਲਾ ਤੁਸੀਂ ਮਰਵਾਤਾ ਜਾਂ ਕਿਸੇ ਹੋਰ ਵਿਅਕਤੀ ਤੇ, ਲੇਕਿਨ ਮੈਂ ਇੱਕ ਮੈਂ ਗੱਲ ਜਿਹੜੀ ਮੈਂ ਸਪੀਕਰ ਸਾਹਿਬ ਜਿਹੜੀ ਗੱਲ ਕਰ ਰਿਹਾ, ਇਹਨਾਂ ਨੇ ਗਿਣਾਤਾ ਯਾਰ, ਇੱਕ ਮਿੰਟ, ਇਹਨਾਂ ਨੇ ਗਿਣਾਤਾ ਕੀ ਸ਼ਬਦ ਬਾਕਸ, ਮੈਂ ਕਿਹਾ ਕਿਸੇ ਨੇ, ਮੈਂ ਯਾਰ ਵਾਪਸ ਲੈਣ ਨੂੰ ਮੈਂ ਕੀ ਆਖਿਆ ਤੁਹਾਡੀ ਗੱਲ, ਉਹ ਮੈਂ ਇਹ ਨੀ ਆਖਿਆ ਭਾਈ ਵੀ ਤੂੰ ਮਰਵਾ ਦੇ, ਮੈਂ ਨੀ ਆਖਿਆ, ਮੈਂ ਇਹ ਗੱਲ ਆਖਿਆ ਹੀ ਨੀ ਵੀ ਤੁਸੀਂ ਮਰਵਾਤਾ, ਮੈਂ ਕਿਦੋਂ ਆਖਿਆ ਜਨਾਬ, ਉਹ ਤੁਹਾਨੂੰ ਸੁਣਦਾ ਨੀ, ਮੈਂ ਕਿਹਾ, ਮੈਂ ਨੀ ਕਿਹਾ ਵੀ ਤੁਸੀਂ ਮਰਵਾਤਾ। ਐਡਰੈਸ ਕਰੋ ਸਪੀਕਰ ਸਾਹਿਬ, ਮੈਂ ਨੀ ਕਹਿ ਰਿਹਾ ਵੀ, ਮੈਂ ਨੀ ਕਹਿ ਰਿਹਾ, ਇੱਕ ਮਿੰਟ, ਲਾਅ ਐਂਡ ਆਰਡਰ ਦੀ ਗੱਲ ਹੈ ਜੀ, ਮੈਂ ਕੱਲ ਹੋਲੇ ਮਹੱਲੇ ਦੀ ਜਿਹੜੀ ਗੱਲ ਸ਼ਾਰਟ ਰੱਖਿਓ, ਦੂਜਾ ਨੇ ਬੋਲਣਾ। ਹਾਂ ਸਰ, ਫਿਰ ਕੰਪਲੀਟ ਕਰਨ ਦਿਓ, ਅੱਧਾ ਘੰਟਾ, ਮੈਂ ਤਾਂ 1 ਮਿੰਟ 'ਚ ਕੰਪਲੀਟ ਕਰਨੀ। ਬੋਲੋ, ਕੱਲ ਮੈਂ ਹੋਲੇ ਮਹੱਲੇ ਦੀ ਗੱਲ ਕੀਤੀ ਹੈ, ਔਰ ਮੈਂ ਨੀ ਕਿਸੇ ਤੇ ਦੋਸ਼ ਲਾਉਂਦਾ ਵੀ ਸਿੱਧੂ ਮੂਸੇਵਾਲਾ ਕਿਸੇ ਨੇ, ਸਰਕਾਰ ਨੇ ਕੋਈ ਮਰਵਾਤਾ ਜਾਂ ਇਹਨਾਂ ਨੇ ਕਿਸੇ ਨੂੰ ਮਰਵਾਤਾ, ਲੇਕਿਨ ਵਾਪਸ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ, ਤੁਹਾਡਾ ਨਾਂ ਨੀ ਲਿਆ ਰਾਜਾ ਜੀ, ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਮੇਰੀ ਬੇਨਤੀ ਹੈ ਕਿਹਨੂੰ ਫੜ ਲਿਆ ਕਿਹਨੂੰ ਨਹੀਂ ਫੜ ਲਿਆ। ਇੱਕ ਬੱਚੇ ਦੀ ਮਾਂ ਤੇ ਇੱਕ ਬੱਚੇ ਦਾ ਬਾਪ, ਉਹ ਆ ਕੇ ਧਰਨੇ ਤੇ ਬੈਠ ਕੇ ਜਨਾਬ, ਉਹ ਇਹ ਮੰਗ ਕਰ ਰਹੇ, ਇੱਕ ਬਾਪ ਕਹਿ ਰਿਹਾ, ਹਾਲਾਂਕਿ ਕਾਨੂੰਨ ਹੈ ਵੀ ਜਿਹੜੇ ਵਾਰਸ ਜਿਸ ਵਿਅਕਤੀ ਦਾ ਨਾਂ ਲੈਂਦੇ ਹੋਣ ਉਹਨਾਂ ਨੂੰ ਮੁਕੱਦਮੇ 'ਚ ਦਰਜ ਕੀਤਾ ਜਾਵੇ। ਤੁਸੀਂ 100 ਹੋਰ ਬੰਦਿਆਂ ਦੇ ਨਾਂ ਲੈ ਲਓ ਪਰਚੇ 'ਚ, 500 ਬੰਦੇ ਦੇ ਲੈ ਲਓ, ਜੇ ਉਹਦੀ ਮਾਂ ਦੀ ਆਤਮਾ ਤੇ ਪਿਓ ਦੀ ਆਤਮਾ ਤੜਪ ਰਹੀ ਹੈ ਤੇ ਉਹ ਕਹਿ ਰਹੇ ਸਾਨੂੰ ਇਨਸਾਫ਼ ਨਹੀਂ ਮਿਲਿਆ। ਹਰ ਵਿਅਕਤੀ ਦਾ ਹੱਕ ਹੈ ਕਿ ਮੈਂ ਬਿਆਨ ਕਰਦਾ ਕਿ ਫਲਾਂਦੇ ਬੰਦੇ ਨੂੰ ਨਾਮਜ਼ਦ ਕੀਤਾ ਜਾਵੇ, ਫਿਰ ਰੌਲਾ ਕੀ ਰਹਿ ਗਿਆ ਤੇ ਨਾਮਜ਼ਦ ਕਰ ਦਿਓ ਤੇ ਉਹਨਾਂ ਦੀ ਆਤਮਾ ਨੂੰ ਠੰਡ ਪਾ ਦਿਓ। ਠੀਕ ਹੈ, ਤੁਹਾਡੀ ਗੱਲ ਆ ਗਈ, ਵਿਅਕਤੀ ਦਾ ਮਰਨ ਵਾਲੇ ਦਾ ਆ ਗਈ, ਆ ਗਈ, ਉਹਦਾ ਜਿਹੜਾ ਗਵਾਹ ਹੁੰਦਾ ਉਹਦੀ ਮਾਂ ਤੇ ਆ ਗਈ ਗੱਲ ਆ ਗਈ। ਧਾਲੀਵਾਲ ਸਾਹਿਬ ਪੜ ਦਿਓ, ਬੈਠੋ ਹੁਣ, ਬੈਠੋ, ਤੁਹਾਡੀ ਗੱਲ ਆ, ਹੁਣ ਬਹਿ ਵੀ ਜਾਓ, ਹੁਣ ਸੁਣ ਵੀ ਲਓ। ਹਾਂਜੀ ਧਾਲੀਵਾਲ ਸਾਹਿਬ ਬੋਲੋ। ਮੈਂ ਕਹਿਣਾ ਚਾਹੁੰਦਾ ਸਾਥੀ, ਸਾਥੀ ਸਰਕਾਰ ਬੋਲੇ ਯਾਰ, ਬਹਿ ਜਾਓ ਤੁਸੀਂ, ਬਹਿ ਜਾਓ ਤੁਸੀਂ, ਬਹਿ ਜਾਓ, ਬਹਿ ਜਾਓ, ਬਹਿ ਜਾਓ ਸਾਥੀ। ਅਗਰ ਕੋਈ ਮੰਤਰੀ ਜਾਵੇ ਨਾ ਦੇਣਾ ਚਾਹ ਸਕਦਾ, ਇੱਕ ਸਾਲ ਦੇ ਵਿੱਚ ਸਰ, ਸਰ ਸਾਥੀ ਸਰਕਾਰ ਦੇ, ਬਹਿ ਜਾਓ, ਸਾਥੀ ਸਰਕਾਰ ਦੇ ਇੱਕ ਸਾਲ ਦੇ ਵਿੱਚ 29 ਬੰਦੇ ਫੜੇ, 2 ਦਾ ਐਨਕਾਊਂਟਰ ਕੀਤਾ, 5 ਨੂੰ ਅਸੀਂ ਲੱਭ ਰਹੇ। ਸੁਣੋ ਮੇਰੀ ਗੱਲ, ਬਾਜਵਾ ਸਾਹਿਬ, ਬਾਜਵਾ ਸਾਹਿਬ, ਬਾਜਵਾ ਸਾਹਿਬ, ਪ੍ਰਧਾਨ ਜੀ ਬੋਲੇ, ਪ੍ਰਧਾਨ ਜੀ, ਪ੍ਰਧਾਨ ਜੀ, ਸੁਣੋ, ਉਹ ਮਾਰਾ ਗੱਲ ਤੋਂ ਸੁਣੋ, ਤਾਲੀਵਾਲ ਸਾਹਿਬ ਇੱਧਰ ਗੱਲ ਤੋਂ ਸੁਣੋ, ਹੁਣ ਕਰ ਲੈ, ਉਹ ਗੱਲ ਤੋਂ ਸੁਣੋ, ਤਾਲੀਵਾਲ ਸਾਹਿਬ, ਤੁਸੀਂ ਗੱਲ, ਚੇਅਰ ਨੂੰ ਐਡਰੈਸ ਕਰੋ, ਚੇਅਰ ਨੂੰ, ਰਾਜਾ ਜੀ, ਰਾਜਾ ਜੀ, ਸਾਥੀ ਤੁਸੀਂ ਗੱਲ ਸੁਣੋ, ਰਾਜਾ ਜੀ, ਆਪਣਾ ਸ਼ੈਰੀ, ਸਾਥੀ ਬੈਠੋ ਜੀ, ਸ਼ੈਰੀ ਬੈਠੋ, ਸ਼ੈਰੀ ਬੈਠੋ, ਬੈਠੋ, ਸ਼ੈਰੀ ਬੈਠੋ, ਬੈਠੋ, ਸ਼ੈਰੀ ਬੈਠੋ, ਸਾਥੀ, ਸਾਥੀ, ਐਮਐਲਏ ਸਾਹਿਬ, ਬੈਠੋ, 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 ਸਰ, ਸਰ, ਕੱਲ 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 ਸਿੱਧੂ ਮੂਸੇਵਾਲਾ ਜੀ ਦੇ ਮਾਤਾ ਪਿਤਾ ਨੂੰ ਮੈਂ ਮਿਲਿਆ, ਮਾਨ ਸਾਹਿਬ ਨੇ ਮੈਨੂੰ ਭੇਜਿਆ, ਮਾਨ ਸਾਹਿਬ ਨੇ ਕਿਹਾ ਕਿ ਪੂਰਾ ਇਨਸਾਫ਼ ਦਿਆਂਗੇ। 20 ਤਰੀਕ ਤੋਂ ਬਾਅਦ
मान साहब के नाल उस परिवार की मीटिंग हो। असि जो सारा काम कर रहे हैं, प्रधान जी कह रहे, कांग्रेस के प्रधान कह रहे, कहते जी ओ मां ते प्यो दियां आंदरां नूं शांत कर दो सर, जवान पुत मरिया उन्हां दा, जवान पुत मरिया सर जी, कांग्रेस के कादियां ने 80 तों बाद हजारां लोकां दियां लाशां ते शहादत कीतीआं सर, हां हजारां लोकां ने, हजारां लोकां दी शहादत कीती उन्हां ने। मेरी गल का जवाब दो, शादी मेरी गल का जवाब दो, शादी जवाब तो दो, जवाब तो दो, तू सुनो नहीं सर, तो सुनो नहीं, तु सुनो नहीं, अब सुनो नहीं, इन्हों सुन तो सुन दे दो, कितने चल रहे हैं और सुनो बाया साहब, सुनो इधर आओ, इधर आ जाओ, सुनो तू सुनाइए। कोशिश होंगी है कि मैं बड़ी मैं तो जी जिस इशू से मेरे सत्कारयोग अपोजिशन के साथी वॉकआउट करके गए हैं, मैं तो बड़ी वाजिब जी गल की सी, और मेरी कोशिश होंगी है कि कदे भी कोई परसनल गल ना करो, क्योंकि सर जो परसनल गल करते हैं जो लोगों के मुद्दे ने जोड़े वो पछड़ जाते हैं, पिछे रह जाते होंगे ने सर ना ही, और चलो सारे सत्कारयोग साथी चले गए नाल, मेरी कोशिश होंगी है कि आमने सामने मुँह से गल हो जाए, अखा चखा पा के तो बैटर, पर चलो पिट दिखा के चल गए, उन्होंने मर्जी है। सर मेरे छोटे वीर राजा वड़ेंगे ने, मैं मेरे सत्कारयोग ने, इन्होंने एक गल की कि सिद्धू मूसेवाले दे साडा भरा सीगा, सासी भी फैन आउदे कि उहदे मापे कह के गए ने कि उन्हां दो बंदिआं नूं नामजद कर दो, बलतेज पन्नू नूं और आयुषी नूं, ते उन्हां दे कालजे ठंड पा दो। स्पीकर साहब ध्यान दिओ जी, कोई सर ये गल करके गए ने कि उन्होंने कालजे ठंड पैनी चाहिए। सर मैं भी मानता भी कालजे ठंड पैनी चाहिए है, पर सर आखिर नू लॉ ऑफ लैंड है जिहड़ा, IPC है जिहड़ा, उहदे मुताबक काम चलता है। मैं उन्होंने गल सहमत हाँ, मैं कहना ठंड पानी है, परचे दर्ज करने ने, जिन्हों का भी नाम लेंदे ने कर दो, पर सर फिर ठंड है जिहड़ी कल्ली, वह कल्ले साडे छोटे वीर सिद्धू मूसेवाले के मापे दे कालजे ना पवे सर, ठंड उन्हों की भी पैनी चाहिए है, जिहड़े अज तो थोड़े ध्यान च होगा, अज तो 4 साल पहला मुक्सर दे विच एक ठेकेदार ने दो सुइसाइड किया सीगा कोटकपुरे दे विच, और करन कटारिया नां सी उहदा, पहला उहने आपदे दो बच्चियां दे गोली मारी, आपदी वाइफ दे गोली मारी, ते फिर आप मरिया, वाइफ बच गई, फटड़ हुई, वह तिने जने ने जिहड़े उहनां तिना की डैथ हो गई सीगी। सर उहनां दी वाइफ ने जिहड़ा डिसीज्ड सीगा करन कटारिया, ओदी वाइफ ने कहा सीगा कि मेरी वाइफ मेरे हसबेंड ते मेरे दो बच्चों की मौत दे लई डिंपी विनायक और राजा वड़िंग, राजा वड़िंग जी दे साला साहब ने डिंपी विनायक वो जिम्मेवार ने। सर मैं बेनती करूँगा राजा जी नूं कि ठीक है ठंड पाउण वाला आपां कानून नूं छड्ड के ठंड पाउण वाले पासे काम चल पैंदे आ, पर फिर उस घर वाली ते उस मां दे कलेजे भी ठंड पैनी चाहिए, ते जे उस पासे आपां चल पए ना ते कांग्रेस के प्रधान साहब सलाखा के पिछे होंगे, पूछ लो इन्हों। सर कोई गल है, ये कोई तरीका है, असी गल लॉजिकल करते हैं, तो ये गल नूं बिना गल दा मेरे कहने का मतलब यह है कि कृपा करके इन्हों बुला के आपके कोले चाह पिया के बिठा के समझा दिओ कि चज की गल करो। अज साल एक हो गया सर, अज साल एक हो गया, आही इत्थों रंधावा जी उठ के गए ने विक्रम मजीठिया जी, सर ये ए लड़ते होंगे सीगे जग्गू भगवानपुरी जोड़ता सी, जोड़ता सीगा सर, अज साल हो गया, एक मिनट लेट मी कंप्लीट, अज साल हो गया, आ बैठे ने 91 भगवंत मान जी के सिपाही, एक बंदे दे उपर यही कह देना, एक बंदे दे उपर कि इन्होंने किसी गैंगस्टर वाले नूं, किसी माफिया वाले नूं, किसी ड्रग वाले नूं दी पुष्ट बनाई की है, नहीं कह सकते है, पर आप चोर ने, आप पंजाब दा करके बेड़ा गर्क करके इत्थे गैंगस्टर वाद पैदा, अज ये साडे ते एलीगेशन लाउंदे ने, मुंह तोड़े जवाब मिलणगे, पुछ लो राजा जी नूं बुला के, राणा इंद्र प्रताप छोटे वीर केस ओह वी खुलूगा फिर।